ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਕੀ ਕਿੱਥੋਂ ਆਏ ਤੁਸੀਂ, ਕੀ ਸ਼ੁਭ ਨਾਮ ਹੈ ਤੁਹਾਡਾ? ਸ਼ੁਭ ਨਾਮ, ਮੇਰਾ ਨਾਮ ਸਪਿੰਦਰ ਬਾਬਾ ਜੀ ਤੇ ਪਿੰਡ ਬਾਗੜੀਆਂ ਜ਼ਿਲ੍ਹਾ ਸੰਗਰੂਰ ਜੀ। ਕੌਮੀ ਇਨਸਾਫ ਮੋਰਚੇ ਦੇ ਵਿੱਚ ਆਏ ਹਾਂ। ਠੀਕ ਹੈ, ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ। ਠੀਕ ਹੈ, ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਨ। ਇਹ ਜਿਹੜਾ ਪੰਛੀ ਹੈ ਤੁਹਾਡਾ, ਇਹ ਕੀ ਬਾਜ ਹੈ? ਹਾਂਜੀ ਬਾਜ ਹੈ। ਅੱਛਾ, ਦੱਸੋ ਕੁਛ ਇਹਦੇ ਬਾਰੇ। ਇਹ ਬਾਜ ਸਾਲ ਦੇ ਵਿੱਚ ਆਪਣੀ ਉਮਰ ਦੇ ਵਿੱਚ ਇਹ ਦੋ ਵਾਰ ਜਵਾਨ ਹੁੰਦਾ। ਦੋ ਵਾਰ ਜਵਾਨ ਹੁੰਦਾ ਜੀ। ਅੱਛਾ, ਇੱਕ ਵਾਰ ਇਹ ਜਦੋਂ ਪੈਦਾ ਹੁੰਦਾ ਜ਼ਿਆਦਾ, ਇੱਕ ਵਾਰ ਇਹ ਪੰਜੇ ਪੰਜੇ ਆਪਣੇ ਸਾਰੇ ਤੋੜ ਲੈਂਦਾ ਵਾ। ਅੱਛਾ, ਜਵਾਨ ਤੋਂ ਕੀ ਭਾਵ ਕੀ ਮਤਲਬ? ਆਪਣੇ ਪੰਜੇ ਤੋੜ ਲੈਂਦਾ, ਆਪਣਾ ਚੁੰਝ ਤੋੜ ਲੈਂਦਾ, ਫਿਰ ਇਹਦੀ ਨਵੀਂ ਚੁੰਝ ਨਵੀਂ ਆਉਂਦੀ। ਅੱਛਾ ਜੀ, ਇਹਦੇ ਵਿੱਚ ਦੁਬਾਰਾ ਜਵਾਨ ਹੋ ਜਾਂਦਾ। ਠੀਕ ਹੈ, ਇਹ ਕਿੰਨੇ ਸਾਲ ਦਾ? ਇਸ ਟਾਈਮ ਇਹ 1.5 ਸਾਲ ਦਾ ਬੰਦਾ ਜੀ। ਸ਼ੁਰੂ ਤੋਂ ਬਚਪਨ ਤੋਂ ਹੀ ਤੁਹਾਡੇ ਕੋਲ ਹੀ ਹੈ? ਹਾਂਜੀ ਹਾਂਜੀ। ਅੱਛਾ ਹਾਂਜੀ, ਬੁੱਢਾ ਦਲ। ਬੁੱਢਾ ਦਲ ਵਾਲੇ। ਅਤੇ ਕੁਛ ਹੋਰ ਦੱਸੋ ਇਹ ਇਸ ਪੰਛੀ ਬਾਰੇ, ਕੁਛ ਇਹਦੇ ਕਾਰਨਾਮੇ ਬਾਰੇ? ਨਾ ਤੇ ਇਹ ਕੈਦ ਰਹਿੰਦਾ ਬਾਬਾ ਜੀ। ਅੱਛਾ, ਪਿੰਜਰੇ 'ਚ ਨਹੀਂ ਰਹਿੰਦਾ। ਠੀਕ ਹੈ, ਰਵੇਗਾ ਤਾਂ ਬਾਹਰ ਰਹੇਗਾ। ਉੱਡ ਜਾਏਗਾ ਤਾਂ ਫਿਰ ਪਿੰਜਰੇ 'ਚ ਪਾ ਦਾਂਗੇ ਤਾਂ ਇਹਨੇ ਤੋੜ ਦੇਣਾ ਜਾਂ ਇਹ ਮਰ ਜਾਣਾ ਜੀ। ਅੱਛਾ, ਆਪੇ ਮਤਲਬ ਰਹੂਗਾ ਨਹੀਂ, ਕੈਦ ਨਹੀਂ ਰਹੂਗਾ? ਉਹਦਾ ਸ਼ਿਕਾਰ ਹੈ, ਇਹਨੇ ਇੱਕ ਵਾਰ ਫੜ ਲਿਆ ਉਹ ਛੱਡਦਾ ਨਹੀਂ ਦੁਬਾਰਾ। ਇੰਨੀ ਮਜ਼ਬੂਤੀ ਪੰਜਿਆਂ 'ਚ? ਪੰਜਿਆਂ ਦੀ ਇੰਨੀ ਮਜ਼ਬੂਤੀ, ਤਈਓ ਤਾਂ ਇਹ ਕੱਪੜਾ ਲਪੇਟੇ ਆ। ਅੱਛਾ, ਮਾਸ ਚੱਕ ਦਿਆ। ਠੀਕ ਹੈ, ਉਂਗਲਾਂ ਦਾ ਚੱਕਤਾ ਨਾ ਮਾਸ ਦੇ। ਤੇ ਤੁਹਾਡੇ ਨਾਲ ਇਹ ਦੋਸਤਾਨਾ ਇਹਦਾ ਲਿੰਕ? ਹਾਂਜੀ ਹਾਂਜੀ। ਪਛਾਣਦਾ ਇਹ? ਹਾਂਜੀ ਪਛਾਣਦਾ ਤੁਹਾਨੂੰ ਇਹ? ਕੀ ਨਾਮ ਹੈ ਇਹਦਾ, ਬਾਜ ਦਾ? ਨਾਮ ਇਹਦਾ ਨਾਮ ਨਹੀਂ ਰੱਖਿਆ। ਨਾਮ ਨਹੀਂ ਹੈ, ਬਾਜ ਹੀ ਹੈ ਬਸ। ਬਾਜ ਹੀ ਬਸ। ਨਹੀਂ ਤੁਸੀਂ ਹੁਣੇ ਕਹਿ ਰਹੇ ਸੀ ਨਾ ਕੋਈ ਸ਼ੇਰ ਸਿਰ ਤੇ ਬੈਠੇ ਜਦ ਥੱਲੇ ਲਿਆਉਣ ਲਈ? ਅਕਾਲ। ਅਕਾਲ ਤੋਂ ਇਹਦੇ ਕਹਿ ਦਿੰਦੇ ਆ, ਫਤਿਹ ਨਹੀਂ ਬੁਲਾਉਂਦੇ। ਅੱਛਾ, ਕੱਲੇ ਆਇਓ ਤੁਸੀਂ ਕਿ ਤੁਹਾਡੇ ਨਾਲ ਹੋਰ ਵੀ ਹੈ? ਕਿੰਨੀ ਸੰਗਤ ਹੈ? ਮੁੰਡੇ ਆ ਮੇਰੇ ਨਾਲ। ਅੱਛਾ ਜੀ, ਠੀਕ ਹੈ। ਤੁਸੀਂ ਸਰਕਾਰ ਨੂੰ ਕੋਈ ਪੈਗਾਮ ਦੇਣਾ ਚਾਹੋਗੇ? ਸਰਕਾਰ ਨੂੰ ਕੋਈ ਕਹਿਣਾ ਚਾਹੁੰਦੇ ਆ ਜੀ, ਉਹਨਾਂ ਦੀ ਸਜ਼ਾ ਪੂਰੀ ਹੋ ਗਈ, ਹਾਂ, ਕਿਰਪਾ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ, ਮਾਹੌਲ ਖਰਾਬ ਨਹੀਂ ਹੋਵੇਗਾ। ਹਾਂ ਠੀਕ ਹੈ, ਹੋਰ ਕੀ ਕਹਿਣਾ ਚਾਹੋਗੇ ਸੰਗਤ ਨੂੰ? ਕੀ ਕਹੋਗੇ ਸੰਗਤ ਨੂੰ? ਕੀ ਕਹਿਣਾ ਚਾਹੋਗੇ ਸੰਗਤ ਨੂੰ? ਇਹ ਕਹਿਣਾ ਚਾਹਾਂਗੇ ਵੀ ਸੰਗਤ ਵੱਧ ਤੋਂ ਵੱਧ ਆਵੇ, ਮੋਰਚਾ ਪੀਰੀ ਫਤਿਹ। ਠੀਕ, ਹੁਣ ਇਹ 2 ਮਹੀਨੇ ਹੋ ਚੁੱਕੇ, ਇੱਥੇ ਕਾਫੀ 2-2 ਕਿਲੋਮੀਟਰ ਲੰਬੇ ਟੈਂਟ ਲੱਗ ਚੁੱਕੇ ਹੈ, ਹੋਰ ਵੀ ਸੰਗਤ ਆਏਗੀ? ਸੰਗਤ ਆਏਗੀ। ਠੀਕ ਹੈ, ਪੰਜਾਬ ਦੇ ਵਿੱਚ ਕੀ ਮੈਸੇਜ ਹੈ ਪੂਰਾ ਜਿਹੜਾ ਮੋਰਚਾ ਮੋਹਾਲੀ 'ਚ ਲੱਗਾ ਹੋਇਆ ਬੰਦੀ ਸਿੰਘਾਂ ਦੀ ਰਿਹਾਈ, ਕੌਮੀ ਇਨਸਾਫ ਮੋਰਚੇ ਵੱਲੋਂ ਕੀ ਲੋਕਾਂ ਨੂੰ ਕੀ ਉਹਦਾ ਮਤਲਬ ਜਿਹੜਾ ਹੈਗਾ ਮੈਸੇਜ ਜਾ ਰਿਹਾ? ਹੋਣਾ ਚਾਹੀਦਾ ਜੀ, ਘਰ ਬੈਠ ਕੇ ਤਾਂ ਕੋਈ ਮਸਲਾ ਨਹੀਂ ਹੱਲ ਹੁੰਦਾ, ਕੋਈ ਆਪਣਾ ਮਸਲਾ ਹੋਵੇ ਉਹ ਵੀ ਨਹੀਂ ਹੱਲ ਹੁੰਦਾ ਘਰ ਬੈਠ ਕੇ, ਅਤੇ ਜੇ ਜਾਵਾਂਗੇ ਤਾਂ ਹੀ ਹੱਲ ਹੋਵੇਗਾ। ਠੀਕ ਹੈ, ਆਪਾਂ ਤਾਂ ਬੇਨਤੀ ਕਰਦੇ ਹਾਂ ਬਾਬਾ ਜੀ ਕਿ ਲੋਕਾਂ ਨੂੰ ਆਉਣਾ ਚਾਹੀਦਾ ਇੱਥੇ ਵੱਧ ਤੋਂ ਵੱਧ, ਜਿੰਨੀ ਸੰਗਤ ਆਵੇਗੀ ਉਨਾ ਸਿੱਧੀ ਮੋਰਚਾ ਫਤਿਹ ਹੋ ਜਾਵੇ। ਤੁਹਾਡੇ ਮੁਤਾਬਕ ਸਰਕਾਰ ਗਲਤ ਕਰ ਰਹੀ ਹੈ ਹੁਣ ਬੰਦੀ ਸਿੰਘਾਂ ਨਾਲ? ਉਹਨਾਂ ਨੂੰ ਛੱਡਣਾ ਚਾਹੀਦਾ, ਛੱਡਣਾ ਚਾਹੀਦਾ। ਠੀਕ ਹੈ ਜੀ, ਤੁਸੀਂ ਬਾਬਾ ਜੀ ਕਿੱਥੋਂ? ਅਸੀਂ ਗੁਰਦਾਸਪੁਰ ਜ਼ਿਲ੍ਹੇ ਤੋਂ। ਅੱਛਾ ਜੀ, ਉਦੋਂ ਸ਼ੁਭ ਨਾਮ ਤੁਹਾਡਾ? ਜਗਦੀਸ਼ ਸਿੰਘ। ਕੁਛ ਨਾਲੇ ਪਿੰਡਾਂ ਦੇ ਲੋਕਾਂ ਨੂੰ ਸੁਣਿਆ ਵਾ ਕਿ ਭਾਈ ਤਗੜੇ ਹੋ ਕੇ ਪਹੁੰਚੋ। ਠੀਕ ਹੈ ਜੀ, ਇਹ ਮੋਰਚੇ ਜਿੱਤੇ ਜਾਂਦੇ ਆ ਏਕਤਾ ਦੇ ਨਾਲ। ਠੀਕ ਹੈ, ਏਕਤਾ ਦੇ ਨਾਲ ਨਿਸ਼ਾਨ ਥੱਲੇ ਇਕੱਠੇ ਹੋਵਾਂਗੇ ਤੇ ਮੋਰਚੇ ਜਿੱਤੇ ਜਾਣਗੇ। ਠੀਕ ਹੈ ਜੀ, ਫਿਰ ਤਾਂ ਇਹਨਾਂ ਬੋਲੀਆਂ ਸਰਕਾਰਾਂ ਨੂੰ ਕੁਝ ਨਾ ਕੁਝ ਸੁਣੂੰਗਾ। ਠੀਕ ਹੈ, ਆਪਣੇ ਪਿੰਡਾਂ ਦੇ ਲੋਕ ਤਾਂ ਬਹੁਤ ਘੱਟ ਆਉਂਦੇ ਆ। ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਕਿਸਾਨੀ ਮੋਰਚਾ ਲੱਗਿਆ ਸੀ ਦਿੱਲੀ ਬਾਰਡਰ ਤੇ ਕੁੰਡਲੀ ਤੇ, ਇਹ ਉਹ ਵੀ ਉਸੇ ਤਰੀਕੇ ਨਾਲ ਇਹ ਵੀ ਇਹਦੇ ਜ਼ੋਰ ਪਕੜੇਗਾ? ਇਹ ਵੀ ਉਸੇ ਤਰੀਕੇ ਨਾਲ ਰਹੇਗਾ ਜੀ। ਠੀਕ ਹੈ, ਜਦ ਤੱਕ ਸਾਡੇ ਸਿੰਘ ਰਿਹਾ ਨਹੀਂ ਕਰਦੇ, ਹਾਂਜੀ, ਜਦ ਤੱਕ ਇਹ ਮੋਰਚਾ ਉੱਠੂਗਾ ਉਹਨਾਂ ਚਿਰ ਸਾਡਾ ਦਲ ਪਾਉਂਦੇ ਹੀ ਰਹੇ। ਠੀਕ ਹੈ ਜੀ, ਜਕਾਰੇ ਜਾਵੇ ਨਿਆਲ ਹੋ ਜਾਵੇ ਸੀ ਸਿੰਘਾਂ ਨੂੰ ਭਾਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।